इंग्लैंड ਦੇ ਖਿਲਾਫ ਪੰਜਵੇਂ ਟੈਸਟ ਵਿੱਚ ਹਾਰ ਤੋਂ ਬਾਅਦ ਟੀਮ ਇੰਡੀਆ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਸਾਬਕਾ ਕਪਤਾਨ ਵਿਰਾਟ ਕੋਹਲੀ 6 ਸਾਲਾਂ ਬਾਅਦ ਟੈਸਟ ਕ੍ਰਿਕਟ ਦੀ ਰੈਂਕਿੰਗ ਵਿੱਚ ਟੌਪ 10 ਤੋਂ ਬਾਹਰ ਹੋ ਗਏ ਨੇ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ਵਿੱਚ ਵਿਰਾਟ ਕੋਹਲੀ ਹੁਣ 13ਵੇਂ ਨੰਬਰ ਤੇ ਪਹੁੰਚ ਗਏ ਨੇ ਉਹਨਾਂ ਨੂੰ ਇਸ ਵਾਰ 4 ਨੰਬਰਾਂ ਦਾ ਘਟਾ ਹੋਇਆ ਹੈ ਵਿਰਾਟ ਨੇ ਆਖਰੀ ਸੈਂਕੜਾ 3 ਨਵੰਬਰ 2019 ਨੂੰ ਟੈਸਟ ਮੈਚ ਵਿੱਚ ਲਗਾਇਆ ਸੀ ਇਸ ਤੋਂ ਬਾਅਦ ਉਹਨਾਂ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟ ਵਿੱਚ ਹਲੇ ਤੱਕ ਸੈਂਕੜਾ ਨਹੀਂ ਬਣਾਇਆ ਇਸ ਤੋਂ ਬਾਅਦ ਉਹਨਾਂ ਨੇ ਹਾਲ ਤੱਕ ਤਿੰਨੇ ਫਾਰਮੈਟ ਵਿੱਚ ਕੋਈ ਵੀ ਸੈਂਕੜਾ ਨਹੀਂ ਬਣਾਇਆ ਹਾਲ ਹੀ ਵਿੱਚ ਉਹ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਵਿੱਚ ਵੀ ਪੰਜ ਮੈਚਾਂ ਵਿੱਚ ਉਹਨਾਂ ਦੇ ਬੱਲੇ ਤੋਂ ਸਿਰਫ 249 ਦੌੜਾਂ ਨਿਕਲੀਆਂ ਨੇ ਇਸ ਦੌਰਾਨ ਉਹਨਾਂ ਦਾ ਔਸਤ 27.6 ਰਿਹਾ ਹੈ ਦੂਸਰੀ ਸੀਡ ਰਾਫੇਲ ਨੇ ਆਪਣੇ ਸੈੱਟ ਨੂੰ ਮਾਤ ਦਿੰਦੇ ਹੋਏ ਸਾਲ ਦੇ ਤੀਜੇ ਗ੍ਰੈਂਡ ਸਲੇਮ ਦੇ ਸੈਮੀਫਾਈਨਲ ਵਿੱਚ ਐਂਟਰੀ ਕਰ ਲਈ ਹੈ। ਉਹਨਾਂ ਨੇ ਬੁੱਧਵਾਰ ਰਾਤ 4 ਘੰਟੇ 41 ਮਿੰਟ ਚਲੇਤ ਮੈਰਾਥਨ ਮੁਕਾਬਲੇ ਵਿੱਚ ਟੇਲਰ ਫ੍ਰਿਡਸ ਨੂੰ 3-6, 7-5, 3-6, 7-5, 7-6 ਦੇ ਨਾਲ ਹਰਾ ਦਿੱਤਾ ਹੈ। ਤੇ ਹੁਣ ਵੀਰਵਾਨ ਨੂੰ ਨਾਲ ਦਾ ਸੈਮੀਫਾਈਨਲ ਮੁਕਾਬਲਾ ਨਿਕ ਕਿਰਗਿਓਸ ਨਾਲ ਹੋਵੇਗਾ। ਹਾਲਾਂਕਿ ਉਹਨਾਂ ਦਾ ਸੈਮੀਫਾਈਨਲ ਖੇਡਣਾ ਹਲੇ ਤੈਅ ਨਹੀਂ ਹੈ। ਇਸ ਮੁਕਾਬਲੇ ਨੂੰ ਦੇਖਣ ਦੇ ਲਈ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਦਿੱਗਜ ਭਾਰਤੀ ਕ੍ਰਿਕਟਰ ਸੁਨੀਲ ਗਵਾਸਕਰ ਵੀ ਪਹੁੰਚੇ ਸੀ।